ਉਹ ਤਾਂ ਆਪ ਬਾਣੀ ਚ ਲਿਖਦੇ ਛਤਰੀ ਕੋ ਪੂਤ ਹਾਂ ਬਾਹਮਣ ਕੋ ਨੈ। ਮੈਂ ਬਾਹਮਣ ਦਾ ਪੁੱਤਰ ਹੀ ਨਹੀਂ, ਛਤਰੀ ਦਾ ਪੁੱਤਰ ਹਾਂ। ਸ਼ਿਕਾਰ ਖੇਡਣਾ, ਝਟਕਾ ਕਰਨਾ, ਜੰਗ ਲੜਨਾ, ਇਹ ਛਤਰੀਆਂ ਦਾ ਧਰਮ ਹੈ। ਛਤਰੀ ਆਪਣਾ ਧਰਮ ਕਿਵੇਂ ਛੱਡ ਦੇਣ? ਜੇ ਬਾਹਮਣ ਆਪਣਾ ਧਰਮ ਨਹੀਂ ਛੱਡਦੇ, ਛਤਰੀ ਕਿਉਂ ਛੱਡਣ? ਤੋ ਅੱਜ ਕੱਲ੍ਹ ਸਾਡੇ ਵਿੱਚ ਬਾਹਮਣਵਾਦ ਜ਼ਿਆਦਾ ਵਾੜ ਦਿੱਤਾ ਗਿਆ, ਛਤਰੀ ਧਰਮ ਸਾਡੇ ਵਿੱਚੋਂ ਖੋਹ ਲਿਆ ਗਿਆ। ਮਹਾਰਾਜ ਛਤਰੀ ਸਾਂ, ਕਲਗੀਧਰ ਪਾਤਸ਼ਾਹ ਦਸੇ ਪਾਤਸ਼ਾਹ ਜਾਂ ਛਤਰੀ ਸਾਂ। ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਸਾਂ ਦਾ ਜਨਮ ਵੀ ਛਤਰੀ ਕੁਲ ਵਿੱਚ ਹੀ ਹੋਇਆ ਹੈ ਅਤੇ ਛਤਰੀਆਂ ਵਾਲੀ ਮਰਿਆਦਾ ਪਾਲੀ ਹੈ। ਇਸ ਕਰਕੇ ਸ਼ਿਕਾਰ ਖੇਡਦੇ ਸਨ ਅਤੇ ਮਹਾਰਾਜ ਤਿਆਰ ਪਰ ਤਿਆਰ ਕਹਿੰਦੇ ਹਰ ਵੇਲੇ ਚੜ੍ਹਦੀ ਕਲਾਂ ਵਿੱਚ ਹੀ ਰਹਿਣਾ। ਅਤੇ ਇਹ ਮਰਿਆਦਾ ਛਤਰੀਆਂ ਦੀ ਅਨਾਦੀ ਕਾਲ ਤੋਂ ਚਲੀ ਆਉਂਦੀ ਹੈ। ਅੱਜ ਸ਼ੰਕਾ ਕਰਨ ਵਾਲੇ ਕਹਿੰਦੇ ਨਾ ਹਜ਼ੂਰ ਸਾਹਿਬ ਬੱਕਰਾ ਝਟਕਾਉਂਦੇ ਹੈ, ਅਖੇ ਜੀ ਨਿਹੰਗ ਸਿੰਘ ਦਲਾਂ ਵਿੱਚ ਬੱਕਰੇ ਵੱਢੀ ਜਾਂਦੇ ਹੈ। ਖਾਲਸਾ ਜੀ ਇਹ ਆਪਣੇ ਆਪ ਨਹੀਂ ਵੱਢਦੇ, ਇਹ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਨੇ ਖਾਲਸੇ ਨੂੰ ਵੀਰਤਾ ਬਖਸ਼ੀ ਹੋਈ ਹੈ, ਜਿਹਨੂੰ ਮਿਰਚਾਂ ਲੱਗਦੀਆਂ ਲੱਗੀ ਜਾਣ। ਪਰ ਮਰਜ਼ਾਦਾ ਇਹੀ ਹੈ ਵੀ ਸਤਿਗੁਰੂ ਕਲਗੀਧਰ ਪਾਤਸ਼ਾਹ ਬੰਦੇ ਬਹਾਦਰ ਦੇ ਡੇਰੇ ਜਾ ਕੇ ਸਭ ਤੋਂ ਪਹਿਲਾਂ ਕਹਿ ਚੁਕੰਗੇ ਝਟਕਾਓ ਇਹਦੇ। ਬਾਬੇ ਮਹਾਰਾਜ ਦਸਵੇਂ ਪਾਤਸ਼ਾਹ ਗੁਲਾਬੇ ਮਸੰਦ ਦੇ ਘਰ ਵੀ ਜਾਣਗੇ ਅਤੇ ਗੁਲਾਬਾ ਕਹੇਗਾ ਮਹਾਰਾਜ ਰਾਤ ਨੂੰ ਲੰਗਰ ਕੀ ਛਕਣਾ? ਮਹਾਰਾਜ ਕਹਿੰਦੇ ਚਟੰਗਾ ਹਾਜ਼ਰ ਕਰ, ਆਮਿਕ ਆਨੋ ਛਾਂ ਦੇ ਵੀ ਝਟਕਿਆਂ ਨੇ ਜਪਾਨਾ, ਆਪ ਝਟਕਾਵਾਂਗੇ ਅਤੇ ਆਪ ਛਕਾਂਗੇ। ਜਿਹਨੂੰ ਖੜਿਆ ਹੋਇਆ ਬੱਕਰਾ ਨਹੀਂ ਝਟਕਾਇਆ ਗਿਆ, ਉਹ ਜੰਗ ਦੇ ਵਿੱਚ ਦੁਸ਼ਮਣ ਦਾ ਸਿਰ ਕਿਵੇਂ ਲਾਏਗਾ? ਇਸ ਕਰਕੇ ਸਤਿਗੁਰੂ ਸ਼ਿਕਾਰ ਖੇਡਦੇ ਸਨ।